ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵੱਖ ਵੱਖ ਸਕੂਲਾਂ ਦੇ ਵਿੱਚ ਕੈਂਪ ਲਾ ਰਹੇ ਹਾਂ ਗੁਰਮਤਿ ਐਜੂਕੇਸ਼ਨ ਸੁਸਾਇਟੀ USA ਵੱਲੋਂ। ਇਹ ਬਹੁਤ ਸਾਡੀਆਂ ਹੋਣਹਾਰ ਭੈਣਾਂ ਬੱਚੀਆਂ ਨੇ ਜੋ ਬੜੇ ਸੋਹਣੇ ਨੰਬਰ ਲੈ ਕੇ ਪਾਸ ਹੁੰਦੀਆਂ ਨੇ। ਤਾਂ ਅੱਜ ਅਸੀਂ ਪਹੁੰਚੇ ਹਾਂ ਜੀ ਮਾਰਕੰਡਾ ਹਾਈ ਸਕੂਲ ਜੋ ਪਿੰਡ ਝਾਂਸਾ ਡਿਸਟ੍ਰਿਕਟ ਕੁਰੂਕਸ਼ੇਤਰ ਦੇ ਵਿੱਚ ਪੈਂਦਾ। ਪੰਜ ਦਿਨ ਦੇ ਕੈਂਪ ਲੱਗ ਰਹੇ ਨੇ ਗੁਰੂ ਸਾਹਿਬਾਨ ਬਾਰੇ ਸਿੱਖਿਆਵਾਂ, ਨੈਤਿਕ ਸਿੱਖਿਆਵਾਂ, ਐਜੂਕੇਸ਼ਨ ਪ੍ਰਾਪਤ ਕਰਕੇ ਅਸੀਂ ਕਿੱਦਾਂ ਦੇ ਇਨਸਾਨ ਬਣ ਸਕਦੇ ਹਾਂ, ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣਾ ਸੁਚੱਜਾ ਅਤੇ ਗੁਣਾਂ ਵਾਲਾ ਬਣਾ ਸਕਦੇ ਹਾਂ। ਦੁਨਿਆਵੀ ਸਿੱਖਿਆਵਾਂ ਦੇ ਨਾਲ ਨਾਲ ਧਰਮ ਦੀ ਸਿੱਖਿਆ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਧਰਮ ਨੇ ਸਾਨੂੰ ਚੰਗੀ ਇਨਸਾਨੀਅਤ, ਚੰਗਾ ਜੀਵਨ ਜਿਉਣ ਬਾਰੇ ਪ੍ਰੇਰਿਤ ਕਰਨਾ ਹੁੰਦਾ। ਸੋ ਇਹ ਬੱਚੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੀਆਂ ਜੀ। ਆਓ ਆਪਾਂ ਇਹਨਾਂ ਤੋਂ ਜਾਣਦੇ ਹਾਂ ਜੀ ਇਹਨਾਂ ਨੇ ਕੀ ਸਿੱਖਿਆ ਤਾਂ ਕਿਹੜੀ ਵਿਚਾਰ ਜਿਹੜੀ ਸਾਨੂੰ ਦੇਣਾ ਚਾਹੁੰਦੇ ਹਾਂ। ਹਾਂਜੀ ਬੇਟਾ,